साडे उस मूर्ख प्रधानमंत्री नरेंद्र मोदी नूं इह नहीं पता कि इह कौम इह जिहड़ी पंजाबी कौम आ इह श्री गुरु गोबिंद सिंह जी महाराज दे वारस ने, इह शहीद उधम सिंह दे वारस ने, इह शहीद भगत सिंह दे वारस ने, इह उस दसम पिता दे वारस ने जिन्हें अपना सारा परिवार वारता सी। ते साडे तां हजे 60-70 जिहड़े किसान शहीद होए ने, साडे हौसले बिलकुल बुलंद ने। ते आउण वाले समें च वी किसान संघर्ष जिहड़ा उह इवें चढ़दी कला च रहूगा। ते जे कहिंदे रात लंबी होवे इहदा इह नहीं मतलब हुंदा कि सवेरा नहीं होगा। जिन्ना संघर्ष लंबा होगा नतीजे उन्ने वधिया निकलणगे। तुहाडा सारिआं दा बहुत धन्नवाद। किसान संघर्ष जिंदाबाद, लड़दे लोक जिंदाबाद। किसान अज इस किसान संघर्ष दे विच नहीं खड़ा होगा, वह अकिरत कण खवाऊगा। आने वाले समय च किसान अन्न उगाउंदा, जे ये कानून नहीं भी वापस आउंदे, वह अनाज उगाउंदा किसान, वह अपना परिवार पाल लूगा। लेकिन असी शहर च रहने वाले लोग, असी प्राइवेट या सरकार 18-20 रुपए किलो आ, क्योंकि वह किसान के हाथ च है। ते लून जेड़ा इन्हां कारपोरेटा के हाथ च आ, वह अज 25-30 रुपये किलो आ। आने वाले समय च जे अज किसानां दे नाल असी नहीं, आने वाली पीढ़ियां सानू किते ना किते लानतां पाउणगियां, क्योंकि किसान वधाई दे पात्र ने। बहुत सारे साडे हिंदुस्तान च अज तक जिहड़े संघर्ष होए, वो एक समय तो बाद जाके जां तां हिंसक हो जांदे ने, जां उहदे आगू जिहड़े ने उह विक जांदे ने। पर पंजाबी कौम उह कौम जिहदे उहनां सूरमियां ने, उहनां किसान आगूआं ने इस संघर्ष नूं शांतीमई ढंग दे नाल इन्ने लंबे समय तो चलाया होया। ते इहनां सरकारां दा की काम हुंदा? इह सरकारां लोकां नूं थका देना चाहुंदियां, ਇਹ ਲੋਕਾਂ ਨੂੰ ਥਕਾ ਦੇਣਾ। ਜਿਹੜਾ ਪ੍ਰਧਾਨ ਮੰਤਰੀ ਆ ਇਹਨਾਂ ਲੋਕਾਂ ਨੇ ਬਣਾਇਆ, ਨਾ ਕਿ ਅੰਬਾਨੀਆਂ ਅਡਾਨੀਆਂ ਨੇ ਬਿਠਾਇਆ। ਹੁਣ ਜਦੋਂ ਕੇਂਦਰ ਸਰਕਾਰ ਦੇ ਨੱਕ ਦਾ ਸਵਾਲ ਬਣ ਗਿਆ, ਮੁੱਛ ਦਾ ਸਵਾਲ ਬਣ ਗਿਆ, ਅਤੇ ਆਪਣੀ ਸਿਖਾਈ ਪੜ੍ਹਾਈ ਸੁਪਰੀਮ ਕੋਰਟ ਨੂੰ ਅੱਗੇ ਕਰਤਾ। ਮੈਂ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਉੱਤੇ ਕਿਵੇਂ ਆਪਾਂ ਵਿਸ਼ਵਾਸ ਕਰ ਲਈਏ। ਇਹ ਉਹ ਹੀ ਸੁਪਰੀਮ ਕੋਰਟ ਆ ਜਿਹਦੇ ਜੱਜ ਨੂੰ ਬਾਹਰ ਆ ਕੇ ਇਹ ਕਹਿਣਾ ਪੈ ਗਿਆ ਸੀ ਕਿ ਸਾਡਾ ਸੰਵਿਧਾਨ ਖਤਰੇ 'ਚ ਆ। ਸੋ ਸਾਡੇ ਸਾਰੇ ਕਿਸਾਨ ਆਗੂ ਬੜੇ ਸੂਝਵਾਨ ਨੇ। ਅਸੀਂ ਇਹ ਜਿਹੜੇ ਸੁਪਰੀਮ ਕੋਰਟ ਦੇ ਆਰਡਰ ਆ, ਜਿਹੜੀ ਬਣਾਈ ਹੋਈ ਕਮੇਟੀਆਂ ਨੂੰ ਬਿਲਕੁਲ ਨਹੀਂ ਮੰਨਦੇ, ਕਿਉਂਕਿ ਉਹ ਕਮੇਟੀ ਦੇ ਵਿੱਚ ਚਾਰੋਂ ਮੈਂਬਰ ਜਿਹੜੇ ਆ ਉਹ ਪਹਿਲਾਂ ਹੀ ਇਹਨਾਂ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਬਣੇ ਆ ਉਹਨਾਂ ਦੇ ਹੱਕ 'ਚ ਭੁਗਤ ਚੁੱਕੇ ਨੇ। ਅਤੇ ਪੂਰੀ ਤਰ੍ਹਾਂ ਨਾਲ ਜਿਹੜਾ ਇਹ ਮਸਲਾ ਅੱਜ ਸਾਡੇ ਸਾਰੇ ਪੰਜਾਬ ਦਾ ਮਸਲਾ ਬਣ ਗਿਆ, ਅਤੇ ਬਹੁਤ ਜਲਦੀ ਜਿਹੜੇ ਸੁਖਾਵੇਂ ਨਤੀਜੇ ਆਉਣਗੇ। ਅੱਜ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਲੇਕਿਨ ਅੱਜ ਮੈਂ ਕਹਿਣਾ ਚਾਹੁੰਦਾ ਜਿਹੜਾ ਦਿੱਲੀ ਨਹੀਂ ਗਿਆ ਉਹ ਜੰਮਿਆ ਨਹੀਂ। ਸੋ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰਿਵਾਰ 'ਚੋਂ ਇੱਕ ਇੱਕ ਮੈਂਬਰ ਨੂੰ ਆਪਣੇ ਇਹ ਜਿਹੜਾ ਦਿੱਲੀ 'ਚ ਯੱਗ ਹੋ ਰਿਹਾ ਉਹ 'ਚ ਅਹੁਤੀ ਪਾਉਣ ਲਈ ਆਪਣਾ ਦਿੱਲੀ ਫੇਰਾ ਪਾ ਕੇ ਕਿਸਾਨ ਸੰਘਰਸ਼ ਵਿੱਚ ਮੋਢੇ ਨਾਲ ਮੋਢੇ ਖੜੇ ਜੋੜ ਕੇ ਖੜੇ ਹੋਣਾ ਚਾਹੀਦਾ। ਮੋਦੀ ਸਰਕਾਰ ਤੋਂ ਇਹਦੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਆ, ਇਹ ਕਿਸਾਨਾਂ ਵਿਰੁੱਧ ਨਹੀਂ, ਇਹ ਸਾਰੀ ਆਮ ਜਨਤਾ ਲਈ ਆ, ਹਰ ਵਰਗ ਦੇ ਬੰਦੇ ਦੇ ਵਾਸਤੇ ਵਿਰੁੱਧ ਨੇ। ਇਹ ਅੰਬਾਨੀਆਂ ਅਡਾਨੀਆਂ ਨੂੰ ਕੰਟੈਕਟ ਦੇ ਕੇ ਅਨਾਜ ਦੇ ਭੰਡਾਰ ਭਰ ਲੇਗਾ, ਆਪਣੀ ਮਰਜ਼ੀ ਦੇ ਨਾਲ ਲੋਕਾਂ ਨੂੰ ਆਪਣੀ ਕੀਮਤਾਂ ਲਾ ਕੇ ਦੇਵੇਗਾ, ਜਿਹੜਾ ਕਿ ਆਮ ਗਰੀਬ ਦੇ ਉੱਤੇ ਬਹੁਤ ਬੋਝ ਪਏਗਾ। ਕੋਈ ਵੀ ਗਰੀਬ ਇਹਨੂੰ ਲੈ ਨਹੀਂ ਸਕੇਗਾ, ਆਪਣੀ ਮਰਜ਼ੀ ਨਾਲ ਖਰੀਦੇਗਾ। ਜਿਹੜੀਆਂ ਮੰਡੀਆਂ ਖਤਮ ਕੀਤੀਆਂ ਵਾ, ਉਹ ਮੰਡੀਆਂ ਦੇ ਵਿੱਚੋਂ ਕੋਈ ਨਹੀਂ ਅਨਾਜ ਨਹੀਂ ਕੱਢੇਗਾ। ਜੇ ਕੋਈ ਲੈ ਕੇ ਜਾਏਗਾ ਉਹਦਾ ਉਹਨੂੰ ਟੈਕਸ ਦੇਣਾ ਪਏਗਾ, ਬਾਹਰੋਂ ਆਪਣੀ ਮਰਜ਼ੀ ਨਾਲ ਰੇਟ ਲਾ ਕੇ ਖਰੀਦ ਕੇ ਜਾਏਗਾ। ਜੇ ਨਹੀਂ ਇਹਨੂੰ ਵੇਚੇਗਾ ਉਹਦਾ ਮਾਲ ਵੀ ਕੋਈ ਨਹੀਂ ਖਰੀਦੇਗਾ। ਇਹੋ ਜਿਹੀਆਂ ਸ਼ਰਤਾਂ ਰੱਖ ਕੇ ਇਹਨਾਂ ਬਾਨੀਆਂ ਡਾਨੀਆਂ ਨੇ ਸਰਕਾਰ ਤੋਂ ਕਾਨੂੰਨ ਬਣਵਾਇਆ ਵਾ ਇਹਨਾਂ ਨੇ। ਇਹਨਾਂ ਨੇ ਪੂਰੇ ਦੇਸ਼ ਦਾ ਸੱਚਾ ਨਾਸ ਕਰਕੇ ਆਪਣੇ ਹੀ ਘਰਾਣੇ ਨੂੰ ਭਰਨ ਵਾਸਤੇ, ਕਾਰਪੋਰੇਟ ਘਰਾਣੇ ਨੂੰ ਉੱਚਾ ਚੁੱਕਣ ਵਾਸਤੇ ਮੋਦੀ ਨੇ ਇਹਨਾਂ ਦੇ ਹੱਕ ਦੇ ਕਾਨੂੰਨ ਬਣਾ ਕੇ ਰੱਖ ਪਿਆ। ਜਿਹੜਾ ਅੱਜ ਕਿਸਾਨ ਮਜ਼ਦੂਰ ਹਰ ਵਰਗ ਦਾ ਬੰਦਾ ਦਿੱਲੀ ਦੇ ਵਿੱਚ ਧਰਨੇ ਲਾ ਕੇ ਬੈਠਾ ਵਾ, ਇੰਨੀਆਂ ਠੰਡਾਂ ਦੇ ਵਿੱਚ, ਇੰਨੀਆਂ ਸਰਦੀ ਦੇ ਵਿੱਚ, ਇੰਨੀ ਬਾਰਿਸ਼ ਦੇ ਵਿੱਚ, ਇੰਨੀ ਬਾਰਿਸ਼ ਦੇ ਵਿੱਚ ਉੱਥੇ ਬੈਠੇ ਆ। ਇਹਨੂੰ ਜੂ ਨਹੀਂ ਸਰਕਦੀ ਉਹਦੇ ਕੰਨ ਦੇ ਉੱਤੇ, ਇਹਦਾ ਸਿਆਪਾ ਕੀਤਾ ਗਿਆ, ਇਹਦਾ ਇਹਦਾ ਕਾਨੂੰਨ ਇਹਨੂੰ ਰੱਦ ਕਰਨੇ ਚਾਹੀਦੇ ਇਹਨੂੰ।